ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਜਸ ਪੰਜਾਬੀ ਦੇ। ਅਤੇ ਅੱਜ ਅਸੀਂ ਤੁਹਾਡੇ ਨਾਲ ਜਿਹੜਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ, ਉਹ ਅੱਜ ਅਸੀਂ ਹੈਲਥ 'ਤੇ ਗੱਲ ਕਰਾਂਗੇ, ਹੈਲਥ ਇੰਸ਼ੋਰੈਂਸ ਬਾਰੇ ਗੱਲ ਕਰਾਂਗੇ। ਸਾਡੇ ਸਾਰੇ ਲੋਕਾਂ ਨੂੰ ਇੱਕ ਇਹ ਬੜੀ ਵੱਡੀ ਕਮਜ਼ੋਰੀ ਰਹੀ ਹੈ ਪਿਛਲੇ ਕੁਝ ਟਾਈਮ ਦੇ ਵਿੱਚ, ਜਦੋਂ ਦਾ ਓਬਾਮਾ ਕੇਅਰ ਆਇਆ ਜਾਂ ਉਸ ਤੋਂ ਪਹਿਲਾਂ ਦੇ ਪ੍ਰੋਗਰਾਮਸ ਜਿਹੜੇ ਕਿ ਹੈਲਥ ਕੇਅਰ ਨਾਲ ਜੁੜੇ ਹੋਏ ਸੀ। ਅੱਜ ਤੱਕ ਅਸੀਂ ਇਹਦੇ ਬਾਰੇ ਬਹੁਤ ਚੰਗੀ ਤਰ੍ਹਾਂ ਜਾਣਕਾਰ ਨਹੀਂ ਹੋ ਪਾਏ, ਅਤੇ ਸਾਨੂੰ ਇਹ ਜਾਣਕਾਰੀ ਬਾਰੇ ਬਹੁਤ ਜ਼ਿਆਦਾ ਜ਼ਰੂਰਤ ਆ। ਅਤੇ ਇਸ ਲਈ ਅੱਜ ਅਸੀਂ ਆਪਣੇ ਸਟੂਡੀਓ 'ਚ ਐਕਸਪਰਟ ਨੂੰ ਬੁਲਾਇਆ। ਪਿਛਲੇ 6 ਮਹੀਨਿਆਂ ਤੋਂ ਅਸੀਂ ਇਸ ਪ੍ਰੋਗਰਾਮ ਨੂੰ ਰਨ ਕਰ ਰਹੇ ਹਾਂ, ਡਿਫਰੈਂਟ ਡਿਫਰੈਂਟ ਟੌਪਿਕ ਲੈ ਕੇ ਤੁਹਾਡੇ ਹਾਜ਼ਰ ਹੁੰਦੇ ਹਾਂ, ਜਿਹਦੇ ਵਿੱਚ ਅਸੀਂ ਇਮੀਗ੍ਰੇਸ਼ਨ ਕਵਰ ਕਰਦੇ ਹਾਂ, ਹੈਲਥ ਇੰਸ਼ੋਰੈਂਸ ਕਵਰ ਕੀਤੀ, ਡੈਟ ਮੈਨੇਜਮੈਂਟ ਕਵਰ ਕੀਤੀ, ਸਪਲੀਮੈਂਟਸ ਕਵਰ ਕੀਤੇ, ਹੈਲਥ ਕੇਅਰ ਸਪਲੀਮੈਂਟਸ ਕਵਰ ਕੀਤੇ, ਪੋਲੀਟੀਕਲ ਅਵੇਅਰਨੈਸ ਕਵਰ ਕੀਤੀ। ਬੜੇ ਸਾਰੇ ਪ੍ਰੋਗਰਾਮਾਂ ਦੇ ਤਹਿਤ ਅਸੀਂ ਬੜਾ ਬੜਾ ਕੁਝ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ, ਆਪਣੀ ਕਮਿਊਨਿਟੀ ਨੂੰ ਐਮਪਾਵਰਮੈਂਟ ਕਰਨ ਵਾਸਤੇ, ਆਪਣੀ ਕਮਿਊਨਿਟੀ ਨੂੰ ਐਮਪਾਵਰ ਕਰਨ ਵਾਸਤੇ, ਆਪਣੀ ਕਮਿਊਨਿਟੀ ਨੂੰ ਟੂ ਮੇਕ ਇਟ ਬੈਟਰ ਫਿਊਚਰ ਦੇਣ ਵਾਸਤੇ ਅਸੀਂ ਕੋਸ਼ਿਸ਼ ਸਾਡੀ ਲਗਾਤਾਰ ਜਾਰੀ ਹੈ ਤੁਹਾਡੇ ਨਾਲ। ਅਤੇ ਅੱਜ ਸਾਡੇ ਨਾਲ ਸਟੂਡੀਓ 'ਚ ਜਿਹੜੇ ਮੌਜੂਦ ਨੇ ਉਹ ਨੇ ਰਜਨੀ ਜੀ, ਰਜਨੀ ਬਾਲਾ ਜੀ, ਐਕਸਪਰਟ ਨੇ ਹੈਲਥ ਇੰਸ਼ੋਰੈਂਸ ਦੇ, ਅਤੇ ਸਾਡੇ ਨਾਲ ਮੌਜੂਦ ਨੇ। ਅੱਜ ਅਸੀਂ ਇਹਨਾਂ ਤੋਂ ਪੁੱਛਾਂਗੇ, ਤੁਹਾਡੇ ਨਾਲ ਚਰਚਾ ਕਰਾਂਗੇ। ਸਕਰੀਨ 'ਤੇ ਨੰਬਰ ਚੱਲ ਰਹੇ ਨੇ, ਤੁਸੀਂ ਨੰਬਰ 'ਤੇ ਕਾਲ ਕਰਕੇ ਜੇ ਤੁਹਾਡਾ ਕੋਈ ਪਰਟੀਕੁਲਰ ਕੁਐਸਚਨ ਹੈ ਤੁਸੀਂ ਪੁੱਛ ਸਕਦੇ ਹੋ ਸਾਡੇ ਐਕਸਪਰਟ ਨਾਲ, ਗੱਲ ਕਰ ਸਕਦੇ ਹੋ, ਤਾਂ ਕਿ ਸਾਡਾ ਐਕਸਪਰਟ ਤੁਹਾਡੀਆਂ ਜਿਹੜੀਆਂ ਕੁਐਸਚਨਸ ਇਨਕੁਆਇਰੀਜ਼ ਨੇ ਉਹਨਾਂ ਦਾ ਪ੍ਰੋਪਰ ਇੱਕ ਆਨਸਰ ਦੇ ਸਕਣ। ਅਤੇ ਤਾਂ ਕਿ ਤੁਸੀਂ ਜੇ ਤੁਹਾਡੇ ਕੋਲ ਹੈਲਥ ਇੰਸ਼ੋਰੈਂਸ ਹੈਗੀ ਹੈ ਤਾਂ ਬਹੁਤ ਵਧੀਆ ਗੱਲ ਆ, ਜੇ ਨਹੀਂ ਹੈ ਤਾਂ ਹਾਊ ਟੂ ਗੈਟ ਇਟ ਡਨ, ਉਹ ਅਸੀਂ ਤੁਹਾਡੇ ਨਾਲ ਅੱਜ ਚਰਚਾ ਕਰਾਂਗੇ। ਅਤੇ ਲੈਟਸ ਵੈਲਕਮ ਰਜਨੀ ਬਾਲਾ ਜੀ। ਰਜਨੀ ਜੀ, ਤੁਹਾਡਾ ਸਵਾਗਤ ਹੈ ਸਾਡੇ ਸਟੂਡੀਓ 'ਚ, ਸਤਿ ਸ਼੍ਰੀ ਅਕਾਲ। ਰਜਨੀ ਜੀ, ਸਭ ਤੋਂ ਪਹਿਲਾ ਕੁਐਸਚਨ ਇਹ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਤੋਂ, ਜਿੱਦਾਂ ਕਿ ਤੁਹਾਡਾ ਹੁਣ ਕਾਫੀ ਟਾਈਮ ਦਾ ਐਕਸਪੀਰੀਅੰਸ ਹੈ, ਕਾਫੀ ਸਾਲ ਹੋ ਗਏ ਨੇ ਤੁਹਾਨੂੰ, ਜੋ ਮੈਨੂੰ ਆ ਖੁਦ ਦੇਖਦੇ ਨੂੰ ਤੁਹਾਨੂੰ ਕਾਫੀ ਸਾਲ ਹੋ ਗਏ ਨੇ ਕਿ ਤੁਸੀਂ ਹੈਲਥ ਇੰਸ਼ੋਰੈਂਸ ਦੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹੋ। ਹਾਂਜੀ, ਕੀ ਤੁਸੀਂ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋਗੇ ਕਿ ਬੇਸਿਕ ਜਿਹੜੀ ਨੌਲੇਜ ਹੈਗੀ ਹੈ ਹੈਲਥ ਇੰਸ਼ੋਰੈਂਸ ਲੈਣ ਵਾਸਤੇ, ਜਾਂ ਕੌਣ ਐਲੀਜੀਬਲ ਹੋ ਸਕਦਾ ਹੈਲਥ ਇੰਸ਼ੋਰੈਂਸ ਲੈਣ ਲਈ, ਉਹ ਸਾਡੇ ਦਰਸ਼ਕਾਂ ਨਾਲ ਜਰਾ ਸ਼ੇਅਰ ਕਰੋ ਕਿ ਕੌਣ ਕੌਣ ਐਲੀਜੀਬਲ ਹੈ ਅਤੇ ਕਿਵੇਂ ਲਈ ਜਾ ਸਕਦੀ ਹੈ। ਜੀ ਸੰਜੀਵ ਜੀ, ਬੜਾ ਹੀ ਵਧੀਆ ਕੁਐਸਚਨ ਹੈ ਜਿਹੜਾ ਤੁਸੀਂ ਮੈਨੂੰ ਪੁੱਛਿਆ, ਔਰ ਇਹਦੇ ਵਿੱਚ ਇਹ ਹੈ ਕਿ ਤੁਸੀਂ ਪੁੱਛਿਆ ਕਿ ਕੌਣ ਕੌਣ ਲੈ ਸਕਦਾ ਇੰਸ਼ੋਰੈਂਸ, ਤਾਂ ਸਾਰੇ ਲੈ ਸਕਦੇ ਨੇ ਕਿਉਂਕਿ ਨਿਊਯਾਰਕ ਦੇ ਵਿੱਚ ਜਾਂ ਅਮੈਰੀਕਾ ਦੇ ਵਿੱਚ ਮੈਂਡੋਟੋਰੀ ਹੈ। ਠੀਕ ਹੈ, ਡਿਪੈਂਡ ਕਰਦਾ ਤੁਹਾਡੀ ਇਨਕਮ 'ਤੇ, ਡਿਪੈਂਡ ਕਰਦਾ ਤੁਹਾਡੀ ਫੈਮਿਲੀ ਸਾਈਜ਼ 'ਤੇ, ਡਿਪੈਂਡ ਕਰਦਾ ਤੁਹਾਡੇ ਐਮੀਗ੍ਰੇਸ਼ਨ ਸਟੈਟਸ 'ਤੇ, ਡਿਪੈਂਡ ਕਰਦਾ ਕਿ ਤੁਸੀਂ ਕਿਸ ਤਰ੍ਹਾਂ ਉਸਨੂੰ ਮਤਲਬ ਆਪਣੀ ਇਨਕਮ ਨੂੰ ਕਿਸ ਤਰ੍ਹਾਂ ਸ਼ੋਅ ਕਰਦੇ ਹੋ, ਅਤੇ ਉਹਦੇ ਹਿਸਾਬ ਨਾਲ ਤੁਸੀਂ ਇੰਸ਼ੋਰੈਂਸ ਲੈ ਸਕਦੇ ਹੋ। ਕੁਛ ਸਟੇਟ ਦੀਆਂ ਇੰਸ਼ੋਰੈਂਸਿਸ ਹੈਗੀਆਂ, ਕੁਛ ਫੈਡਰਲ ਦੀਆਂ ਆ ਜਿਹੜੀਆਂ ਤੁਸੀਂ ਲੈ ਸਕਦੇ ਹੋ, ਸਾਰੇ ਹੀ ਲੈ ਸਕਦੇ ਨੇ। ਪਰ ਪਿੱਛੇ ਕੁਝ ਦਿਨਾਂ 'ਚ ਦੇਖਣ 'ਚ ਆਇਆ ਕਿ ਕਈ ਲੋਕ ਇਸ ਕਰਕੇ ਡਰਦੇ ਮਾਰੇ ਇੰਸ਼ੋਰੈਂਸ ਨਹੀਂ ਲੈ ਰਹੇ ਕਿ ਉਹਨਾਂ ਨੂੰ ਪ੍ਰੀਮੀਅਮ ਪੇ ਕਰਨਾ ਪਏਗਾ ਜਾਂ ਡਿਡਕਟੇਬਲ ਪੇ ਕਰਨਾ ਪਏਗਾ, ਜਾਂ ਮੈਂ ਹੁਣ ਦੇਖ ਰਿਹਾ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਕਿ ਮੇਰੀ ਤੁਹਾਡੇ ਨਾਲ ਡਿਸਕਸ਼ਨ ਹੁੰਦੀ ਰਹੀ ਹੈ ਇਸ ਗੱਲ 'ਤੇ ਕਿ ਜਿਹੜੇ ਸਾਡੇ ਅਨਡਾਕੂਮੈਂਟਡ ਪੀਪਲਸ ਨੇ, ਜਿਹੜੇ ਸਾਡੇ ਜਿਨ੍ਹਾਂ ਕੋਲ ਪੇਪਰ ਨਹੀਂ, ਗ੍ਰੀਨ ਕਾਰਡ ਨਹੀਂ, ਵਰਕ ਪਰਮਿਟ ਨਹੀਂ, ਸਿਟੀਜ਼ਨਸ਼ਿਪ ਨਹੀਂ, ਉਹਨਾਂ ਵਾਸਤੇ ਵੀ ਕੋਈ ਪ੍ਰੋਵੀਜ਼ਨ ਹੈ ਕਿ ਅਸੀਂ ਹੈਲਥ ਇੰਸ਼ੋਰੈਂਸ ਬਾਏ ਕਰ ਸਕਦੇ ਨੇ? ਜਿਹੜੇ ਅਨਡਾਕੂਮੈਂਟਡ ਹੈ ਉਹਨਾਂ ਵਾਸਤੇ ਪ੍ਰੋਵੀਜ਼ਨ ਹੈ, ਨਾ ਹੋਣ ਦਾ ਕੋਈ ਕੰਮ ਨਹੀਂ, ਕਿਉਂਕਿ ਇੱਕ ਐਮਰਜੈਂਸੀ ਮੈਡੀਕੇਟ ਆ ਉਹ ਵੀ ਲੈ ਸਕਦੇ ਆ। ਸੈਕਿੰਡਲੀ, ਇੱਕ ਹੋਸਪਿਟਲ ਦੀ HHC ਪ੍ਰੋਗਰਾਮ ਹੁੰਦਾ ਜਿਹਨੂੰ ਅਸੀਂ ਹੋਸਪਿਟਲ ਹੈਲਥ ਕਾਰਪੋਰੇਸ਼ਨ ਕਹਿੰਦੇ ਆ, ਉਹ ਲੈ ਸਕਦੇ ਆ ਤਾਂ ਕਿ ਉਹ ਆਪਣੀ ਸਿਹਤ ਦਾ ਧਿਆਨ ਰੱਖ ਸਕਣ ਅਤੇ ਹੋਸਪਿਟਲ ਜਾ ਸਕਦੇ, ਰੈਗੂਲਰ ਉਹ ਡਾਕਟਰ ਕੋਲ ਜਾ ਸਕਦੇ ਆ, ਉਹਦਾ ਕੋਈ ਪੇਮੈਂਟ ਨਹੀਂ ਹੈ, ਕੋਈ ਕੁਛ ਨਹੀਂ ਹੈ। ਸੈਕਿੰਡਲੀ, ਹੋਸਪਿਟਲ ਦਾ ਜਿਹੜਾ ਪ੍ਰੋਗਰਾਮ ਹੈਗਾ ਉਹ ਉਹਨਾਂ ਹੀ ਬੰਦਿਆਂ ਵਾਸਤੇ ਆ ਜਿਹੜੇ ਅਨਡਾਕੂਮੈਂਟਡ ਹੈ। ਓਕੇ, ਬਟ HHC ਦਾ ਕੀ ਫੁੱਲ ਮਤਲਬ? ਹੋਮ ਹੈਲਥ ਕਾਰਪੋਰੇਸ਼ਨ, ਹੋਸਪਿਟਲ ਹੈਲਥ ਕਾਰਪੋਰੇਸ਼ਨ, ਕਿਉਂਕਿ ਤੁਸੀਂ ਉਹ ਹੋਸਪਿਟਲ ਜਾ ਕੇ ਆਪਣਾ ਪ੍ਰਾਈਵੇਟ ਡਾਕਟਰ ਲੈ ਸਕਦੇ ਹੋ, ਆਪਣੀ ਲੈਂਗੁਏਜ ਦਾ ਡਾਕਟਰ ਲੈ ਸਕਦੇ ਹੋ, ਫਾਰਮੇਸੀ ਵੀ ਉੱਥੇ ਦੀ ਲੈ ਸਕਦੇ ਹੋ, ਕਿਉਂਕਿ ਉਹ ਇੱਕ ਫੰਡਿਡ ਪ੍ਰੋਗਰਾਮ ਹੈ ਹੋਸਪਿਟਲ ਦੇ ਵੱਲੋਂ। ਅੱਛਾ, ਨਿਊਯਾਰਕ ਸਿਟੀ ਵੱਲੋਂ ਅਤੇ ਨਿਊਯਾਰਕ ਸਟੇਟ ਵੱਲੋਂ ਇੱਕ ਤਰ੍ਹਾਂ ਦਾ ਫੰਡਿਡ ਪ੍ਰੋਗਰਾਮ ਹੈ ਜਿਹੜਾ ਕਿ ਉਹ ਇੱਕ ਤਰ੍ਹਾਂ ਦਾ ਆਪਣੀ ਪਰਚੀ OPD ਜਿੱਦਾਂ ਆਪਾਂ ਇੰਡੀਆ 'ਚ OPD ਬਣਵਾ ਲੈਂਦੇ ਸੀ, ਉਸ ਤਰ੍ਹਾਂ ਦਾ ਆਪਣੀ OPD ਬਣਵਾ ਕੇ ਉੱਥੇ ਜਾ ਕੇ ਆਪਣਾ ਇਲਾਜ ਕਰਵਾ ਸਕਦੇ ਨੇ, ਚੈੱਕਅਪ ਕਰਵਾ ਸਕਦੇ ਨੇ। ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਨਾਲ ਵੀ ਇਹਦਾ ਕੋਈ ਫਰਕ ਪੈਂਦਾ ਹੈ ਜਾਂ ਨਹੀਂ? ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਕੁਛ ਨਹੀਂ ਹੈ, ਕੋਈ ਵੀ ਇਹੋ ਜਿਹੀ ਕੰਡੀਸ਼ਨ ਨਹੀਂ ਹੈ। ਤੁਸੀਂ ਜੇ ਸਿੱਕ ਹੋ ਤਾਂ ਡੈਫੀਨੇਟਲੀ ਤੁਸੀਂ ਜਾਓਗੇ ਡਾਕਟਰ ਕੋਲ ਹੀ ਜਾਓਗੇ, ਘਰ 'ਤੇ ਬੈਠੇ ਇਲਾਜ ਨਹੀਂ ਕਰੋਗੇ ਨਾ, ਤੇ ਡਾਕਟਰ ਜਿਹੜੇ ਹੈਗੇ ਉਹ ਹਸਪੀਟਲ ਦੇ ਵਿੱਚ ਜਿਹੜੇ ਹੈਗੇ ਉਹ ਤੁਹਾਡਾ ਪੂਰਾ ਪ੍ਰੋਪਰ ਧਿਆਨ ਰੱਖਦੇ। ਕੋਈ ਪਾਰਟੀਕੂਲਰ ਡਾਕਟਰ ਵੀ ਅਸਾਈਨ ਹੋ ਜਾਂਦਾ ਜਾਂ ਸਿਰਫ ਤੁਸੀਂ ਹਸਪੀਟਲ 'ਚ ਚਲੇ ਜਾਂਦੇ ਹੋ ਤੇ ਉਹੀ ਤੁਹਾਨੂੰ ਦੇਖਦੇ ਨੇ ਕਿ ਜਿਹੜਾ ਵੀ ਡਾਕਟਰ ਮੌਕੇ ਤੇ ਅਵੇਲੇਬਲ ਹੋਏਗਾ ਉਹੀ ਤੁਹਾਨੂੰ ਟ੍ਰੀਟ ਕਰੇਗਾ? ਜੀ, ਜਿਹੜਾ ਡਾਕਟਰ ਮੌਕੇ ਤੇ ਅਵੇਲੇਬਲ ਹੋਏਗਾ ਉਹ ਤੁਹਾਨੂੰ ਟ੍ਰੀਟ ਕਰੇਗਾ, ਔਰ ਇਹਦੇ 'ਚ ਤੁਸੀਂ ਆਪਣਾ ਪਰਸਨਲ ਫਿਜ਼ੀਸ਼ੀਅਨ
ਸੈੱਟ ਨਹੀਂ ਕਰ ਸਕਦੇ, ਚੂਜ਼ ਨਹੀਂ ਕਰ ਸਕਦੇ, ਪਰ ਲੇਕਿਨ ਇਹ ਹੈ ਕਿ ਫੈਸਿਲਿਟੀਜ਼ ਸਾਰੀਆਂ ਉਹ ਹੀ ਮਿਲਦੀਆਂ ਨੇ ਜਿਹੜੀਆਂ ਪ੍ਰਾਈਵੇਟ ਡਾਕਟਰਾਂ ਨੂੰ ਡਾਕਟਰ ਤੁਹਾਨੂੰ ਦਿੰਦੇ ਨੇ ਆਲਰੇਡੀ। ਓਕੇ, ਇਹਦੇ ਨਾਲ ਇੱਕ ਚੀਜ਼ ਹੋਰ ਹੈਗੀ ਹੈ ਕਿ ਰਾਦਰ ਦੈਨ ਗੋਇੰਗ ਟੂ ਦ HHC ਰਾਊਟ, ਕਿ ਅਸੀਂ ਕੋਈ ਹੋਰ ਰਾਊਟ 'ਤੇ ਵੀ ਜਾ ਸਕਦੇ ਹਾਂ, ਅਸੀਂ ਆਪਣਾ ਪ੍ਰਾਇਮਰੀ ਕੇਅਰ ਫਿਜੀਸ਼ੀਅਨ ਜਾਂ ਪ੍ਰਾਇਮਰੀ ਕੇਅਰ ਆਪਣਾ ਚੂਜ਼ ਕਰ ਸਕਦੇ ਹਾਂ, ਅਤੇ ਜੇ ਚੂਜ਼ ਕਰ ਸਕਦੇ ਹਾਂ ਤਾਂ ਕਿੱਦਾਂ ਕਰ ਸਕਦੇ ਹਾਂ? ਜਿਹੜਾ HHC ਪ੍ਰੋਗਰਾਮ ਹੈ ਇਹ ਪ੍ਰੋਗਰਾਮ ਸਿਰਫ ਅਨਡਾਕੂਮੈਂਟਡ ਪਰਸਨਸ ਵਾਸਤੇ ਆ, ਜਿਹੜੇ ਬਹੁਤ ਚਿਰ ਹੋ ਗਿਆ ਉਹਨਾਂ ਨੂੰ ਇੱਥੇ ਆਇਆਂ ਨੂੰ ਸਾਡੇ ਕੋਲ। ਮੇਰੇ ਕੋਲ ਕਈ ਇਹੋ ਜਿਹੇ ਬੰਦੇ ਆਉਂਦੇ, ਉਹ ਕਹਿੰਦੇ ਕਿ ਸਾਡੇ ਕੋਲ ਅੱਜ ਤੱਕ ਕਦੀ ਕੋਈ ਇੰਸ਼ੋਰੈਂਸ ਨਹੀਂ ਸੀ, ਅਸੀਂ ਡਾਕਟਰਾਂ ਕੋਲ ਪ੍ਰਾਈਵੇਟ ਜਾਂਦੇ ਹਾਂ, ਪਰ ਲੇਕਿਨ ਕੁਛ ਤਾਂ ਇਸ ਤਰ੍ਹਾਂ ਕਹਿੰਦੇ ਆ ਕਿ ਸਾਡੇ ਕੋਲ ਪੈਸੇ ਹੀ ਨਹੀਂ ਹੈ ਕਿ ਅਸੀਂ ਡਾਕਟਰ ਕੋਲ ਜਾਈਏ ਅਤੇ ਇਲਾਜ ਕਰਾਈਏ, ਪਰ ਲੇਕਿਨ ਇੱਥੇ ਜਿਹੜਾ HHC ਪ੍ਰੋਗਰਾਮ ਹੈ ਉਹ ਅਨਡਾਕੂਮੈਂਟਡ ਪਰਸਨਸ ਦੇ ਵਾਸਤੇ ਹੀ ਹੈ। ਉਹ PCP ਤਾਂ ਚੂਜ਼ ਨਹੀਂ ਕਰ ਸਕਦੇ, ਪਰ ਲੇਕਿਨ ਉਸ ਡਾਕਟਰ ਦੀ ਅਪਾਇੰਟਮੈਂਟ ਬਣਾ ਸਕਦੇ ਜਿਹੜਾ ਉਹਨਾਂ ਨੂੰ ਹਸਪੀਟਲ ਦੇ ਵਿੱਚ ਪਸੰਦ ਹੈ। ਓਕੇ, ਪਰ ਜੇ ਅਸੀਂ ਮੈਡੀਕੇਟ ਅਪਲਾਈ ਕਰ ਕੀ ਅਸੀਂ ਮੈਡੀਕੇਟ ਵੀ ਅਪਲਾਈ ਕਰ ਸਕਦੇ ਹਾਂ? ਅਨਡਾਕੂਮੈਂਟਡ ਯੈਸ, ਪਰ ਜਦੋਂ ਮੈਡੀਕੇਟ ਅਪਲਾਈ ਹੋ ਜਾਂਦਾ ਤਾਂ ਫਿਰ ਸਾਡੇ ਕੋਲ PCP ਲੈਣ ਦਾ ਵੀ, ਅਸੀਂ ਪਰਸਨਲ ਫਿਜੀਸ਼ੀਅਨ ਵੀ ਲੈ ਲੈਂਦੇ ਹਾਂ ਨਾ? ਫਿਜੀਸ਼ੀਅਨ ਮੈਡੀਕੇਟ ਤਾਂ ਤੁਸੀਂ ਫਿਜੀਸ਼ੀਅਨ ਨੂੰ ਚੂਜ਼ ਨਹੀਂ ਕਰ ਸਕਦੇ, ਕਿਉਂਕਿ ਇੱਕ ਸਟੇਟ ਵੱਲੋਂ ਇਹ ਪ੍ਰੋਗਰਾਮ ਹੈ, ਸਟੇਟ ਤੁਹਾਨੂੰ ਇਹ ਦਿੰਦਾ ਮੈਡੀਕੇਟ, ਪਰ ਲੇਕਿਨ ਇਹ ਹੈ ਕਿ ਇਹ ਸਿਰਫ ਤੁਹਾਨੂੰ ਕਵਰੇਜ ਕਰੇਗਾ ਐਮਰਜੈਂਸੀ ਮੈਡੀਕੇਟ, ਇਨ ਕੇਸ ਸਪੋਜ਼ ਫੋਰ ਐਗਜ਼ਾਮਪਲ ਅਗਰ ਤੁਹਾਡੇ ਤੁਹਾਨੂੰ ਕੋਈ ਹਾਈ ਬਲੱਡ ਪ੍ਰੈਸ਼ਰ ਹੈ, ਹਾਰਟ ਅਟੈਕ ਦੀ ਪ੍ਰੋਬਲਮ ਹੈ, ਤੁਸੀਂ ਇਮੀਜੀਏਟਲੀ ਪ੍ਰਾਈਵੇਟ ਡਾਕਟਰ ਕੋਲ ਤਾਂ ਨਹੀਂ ਜਾ ਸਕਦੇ, ਪਰ ਲੇਕਿਨ ਇਹ ਹੈ ਕਿ ਤੁਸੀਂ ਮੈਡੀਕੇਟ ਅਗਰ ਤੁਹਾਡੇ ਕੋਲ ਹੈ ਤਾਂ ਤੁਸੀਂ ਕਿਸੇ ਵੀ ਹਸਪੀਟਲ ਦੇ ਵਿੱਚ ਜਾ ਸਕਦੇ ਹੋ, ਆਪਣਾ ਇਲਾਜ ਕਰਾ ਸਕਦੇ ਹੋ। ਓਕੇ, ਦੂਸਰਾ ਗੱਲ ਇਹਦੇ ਨਾਲ ਹੀ ਕਿ ਜਿਹੜਾ ਅਸੀਂ ਮੈਡੀਸਨਸ ਨੇਗੀਆਂ ਤੁਸੀਂ ਡਾਕਟਰ ਨੇ ਪ੍ਰਸਕ੍ਰਾਈਬ ਕਰ ਦਿੱਤੀ ਹੈ, ਪਰ ਜਿਹੜੀਆਂ ਮੈਡੀਸਨਸ ਨੇ ਕੀ ਸਾਨੂੰ ਫਾਰਮੇਸੀ ਤੋਂ ਮਿਲਦੀਆਂ ਨੇ ਜਾਂ ਉਹ ਮੈਡੀਸਨਸ ਵੀ ਸਾਨੂੰ ਹਸਪੀਟਲ ਤੋਂ ਹੀ? ਉਹ ਸਾਨੂੰ ਫਾਰਮੇਸੀ ਜਿਹੜੀ ਹਸਪੀਟਲ ਦੇ ਇਨਡੋਰ ਹੈ ਉੱਥੋਂ ਮਿਲੇਗੀ, ਔਰ ਕੋਈ ਚਾਰਜਿਸ ਨਹੀਂ ਹੁੰਦੇ ਉਹਦੇ। ਅੱਛਾ, ਕੋਈ ਚਾਰਜਿਸ ਨਹੀਂ, ਫ੍ਰੀ ਆਫ ਕਾਸਟ ਮਿਲੇਗੀ? ਫ੍ਰੀ ਆਫ ਕਾਸਟ। ਓਕੇ, ਇਸ ਦੇ ਨਾਲ ਇੱਕ ਚੀਜ਼ ਹੋਰ ਅਸੀਂ ਇਸ ਕੁਐਸਚਨ ਨੂੰ ਅੱਗੇ ਕੰਟੀਨਿਊ ਕਰਦੇ ਹਾਂ। ਹੁਣ ਅਸੀਂ ਦੇਖਦੇ ਹਾਂ ਕਿ ਕਈ ਸਾਰੀ ਸਾਡੀ ਯੰਗ ਜਨਰੇਸ਼ਨ ਹੈਗੀ ਹੈ ਜਿਹੜੀ ਅਨਡਾਕੂਮੈਂਟਡ ਹੈਗੀ ਹੈ, ਐਂਡ ਕਈ ਲੋਕ ਨੇ ਜਿਹੜੇ ਬਹੁਤ ਸਾਰੇ ਸਾਲਾਂ ਤੋਂ ਇਸ ਕੰਟਰੀ ਦੇ ਵਿੱਚ ਰਹਿ ਰਹੇ ਨੇ। ਠੀਕ ਹੈ, ਦੋਨੇ ਕੇਸਿਸ ਨੂੰ ਦੇਖਦੇ ਹਾਂ ਤਾਂ ਦੇਰ ਇਜ਼ ਸਮ ਪੀਪਲ ਦੈਟ ਜਿਹੜੇ ਕਿ ਮਾਈਨਰ ਨੇ, 18 ਸਾਲ ਦੀ ਉਮਰ ਤੋਂ ਘੱਟ ਨੇ, ਕੀ ਕੋਈ ਐਸੀ ਸਪੈਸ਼ਲ ਪ੍ਰੋਵੀਜ਼ਨ ਉਹਨਾਂ 18 ਸਾਲ ਦੀ ਉਮਰ ਤੋਂ ਘੱਟ ਵਾਲੇ ਬੱਚਿਆਂ ਵਾਸਤੇ ਕੋਈ ਸਪੈਸ਼ਲ ਕੇਸ ਹੈ ਕਿ ਉਹਨਾਂ ਵਾਸਤੇ ਕੁਝ ਮੈਡੀਸਨਸ ਜਾਂ ਡਾਕਟਰਸ ਉਹ ਚੂਜ਼ ਕਰ ਸਕਦੇ ਨੇ, ਜਿੱਦਾਂ ਪੈਡਟ੍ਰੀਸ਼ੀਅਨ ਹੋ ਗਏ ਬੱਚਿਆਂ ਦੇ ਡਾਕਟਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ, ਉਹਨਾਂ ਵਾਸਤੇ ਕੁਝ ਇੱਦਾਂ ਦੀ ਪ੍ਰੋਵੀਜ਼ਨ ਹੈ ਸਿਸਟਮ ਦੇ ਵਿੱਚ? ਜੀ, ਉਹਨਾਂ ਵਾਸਤੇ ਬਹੁਤ ਵਧੀਆ ਪ੍ਰੋਵੀਜ਼ਨ ਹੈ। ਬਿਫੋਰ ਮੀਨ ਅੰਡਰ 18 ਜਿਹੜੇ ਚਿਲਡਰਨ ਆ ਉਹਨਾਂ ਵਾਸਤੇ ਹੈ ਕਿ ਤੁਸੀਂ ਆਪਣਾ ਪਰਸਨਲ PCP ਚੂਜ਼ ਕਰ ਸਕਦੇ ਹੋ, ਪ੍ਰਾਈਵੇਟ ਫਾਰਮੇਸੀ ਜਾ ਸਕਦੇ ਹੋ, ਸਪੈਸ਼ਲਿਸਟ ਕੋਲ ਜਾ ਸਕਦੇ ਹੋ, ਕਿਉਂਕਿ ਸਿਟੀ ਔਰ ਸਟੇਟ ਦਾ ਇੱਕ ਪ੍ਰੋਗਰਾਮ ਹੈ ਚਾਈਲਡ ਹੈਲਥ ਪਲੱਸ, ਉਹਦੇ ਵਿੱਚ ਤੁਸੀਂ ਆਪਣਾ ਪ੍ਰਾਈਵੇਟ ਡਾਕਟਰ ਲੈ ਸਕਦੇ ਹੋ ਅੰਡਰ 18। ਪ੍ਰਾਈਵੇਟ ਆਪਣੀ ਪਰਸਨਲ ਫਾਰਮੇਸੀ 'ਤੇ ਜਾਓ, ਔਰ ਉਹ 100% ਕਵਰੇਜ ਹੁੰਦਾ, ਸੇਮ ਥਿੰਗ ਲਾਈਕ ਐਜ਼ ਏ ਮੈਡੀਕੇਟ। ਤੁਹਾਡੇ ਨਾਲ ਕੋਈ ਪਰਸਨਲ ਐਕਸਪੀਰੀਅੰਸ ਹੋਇਆ ਕੋਈ ਅੰਡਰ 18 ਦੇ ਜਿਨ੍ਹਾਂ ਨੂੰ ਕੋਈ ਨੌਲੇਜ ਨਾ ਹੋਵੇ, ਜਿਨ੍ਹਾਂ ਨੂੰ ਤੁਸੀਂ ਗਾਈਡ ਕੀਤਾ ਹੋਵੇ, ਕੁਛ ਇੱਦਾਂ ਦਾ ਐਕਸਪੀਰੀਅੰਸ ਤੁਹਾਡੇ ਨਾਲ ਕਦੇ ਹੋਇਆ ਇਸ ਤਰ੍ਹਾਂ ਦਾ ਕਿ ਤੁਹਾਨੂੰ ਗਾਈਡ ਕਰਨਾ ਪੈਂਦਾ ਹੈ ਲੋਕਾਂ ਨੂੰ, ਜਾਂ ਲੋਕ ਸਾਡੇ ਨਾਲ ਜੁੜ ਕੇ ਅਵੇਅਰਨੈਸ ਕਿਉਂ ਨਹੀਂ ਆ ਰਹੀ ਇੱਕ ਦੂਸਰੇ ਤੋਂ, ਵਰਡ ਆਫ ਮਾਊਥ ਤੋਂ, ਜਾਂ ਜਿੱਦਾਂ ਗਵਰਨਮੈਂਟ ਇੰਨੀ ਫੰਡਿੰਗ ਸਪੈਂਡ ਕਰ ਰਹੀ ਹੈ ਉਹ ਕਿਉਂ ਨਹੀਂ ਮਤਲਬ ਉਹ ਗ੍ਰਾਸਰੂਟ ਲੈਵਲ ਤੱਕ ਪਹੁੰਚ ਪਾ ਰਹੀ? ਉਹ ਇਸ ਕਰਕੇ ਕਿਉਂਕਿ ਸਮ ਟਾਈਮ ਮੇਰੇ ਕੋਲ ਕਈ ਇਹੋ ਜਿਹੇ ਪੇਸ਼ੈਂਟ ਆਉਂਦੇ ਨੇ, ਸਪੋਜ਼ ਫੋਰ ਐਗਜ਼ਾਮਪਲ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ ਨੇ, ਉਹ ਵਿਜ਼ਿਟਰ ਵੀਜ਼ੇ 'ਤੇ ਹੁੰਦੇ ਨੇ, ਪਰ ਲੇਕਿਨ ਉਹਨਾਂ ਦਾ ਬੱਚਾ ਇੱਥੇ ਬਿਮਾਰ ਹੋ ਜਾਂਦਾ, ਕੁਛ ਹੋ ਜਾਂਦਾ, ਅਤੇ ਉਹ ਉਹਨਾਂ ਨੂੰ ਲੱਗਦਾ ਕਿ ਅਸੀਂ ਇੰਨੇ ਪੈਸੇ ਲਾਵਾਂਗੇ ਜਾਂ ਜੋ ਵੀ ਓਵਰ ਦਾ ਕਾਊਂਟਰ ਲੈ ਕੇ ਬਾਏ ਕਰ ਲਓ, ਲੇਕਿਨ ਸਮਟਾਈਮ ਬੱਚੇ ਦੀ ਕੰਡੀਸ਼ਨ ਜਿਹੜੀ ਹੁੰਦੀ ਉਹ ਸੀਰੀਅਸ ਹੁੰਦੀ ਹੈ, ਔਰ ਤੁਸੀਂ ਉਹਨੂੰ ਹੋਸਪਿਟਲ ਜਾਂ ਸਪੈਸ਼ਲਿਸਟ ਕੋਲ ਲੈ ਕੇ ਜਾਣਾ ਚਾਹੁੰਦੇ ਹੋ, ਪਰ ਲੇਕਿਨ ਇਹ ਆ ਕਿ ਸਮ ਡਾਕਟਰ ਜਿਹੜੇ ਡਾਕਟਰਸ ਨੂੰ ਇਸ ਬਾਰੇ ਪਤਾ ਨਹੀਂ ਕਿ ਬੱਚਾ ਜਿਹੜਾ ਹੈਗਾ ਉਹ ਚਾਈਲਡ ਹੈਲਥ ਪਲੱਸ ਦੇ ਅੰਡਰ ਕਵਰ ਹੈ। ਉਹ ਅੰਡਰ 18 ਜਿਹੜਾ ਕੋਈ ਵੀ ਬੱਚਾ ਹੈਗਾ ਆ ਉਹ ਹਰ ਚੀਜ਼ ਲਈ ਕਵਰ ਹੈ ਵਿਦ ਚਾਈਲਡ ਹੈਲਥ ਪਲੱਸ 100% ਲਾਈਕ ਐਜ਼ ਏ ਮੈਡੀਕੇਟ, ਚਾਹੇ ਉਹਦੇ ਕੋਲ ਪੇਪਰ ਇਸ ਕੰਟਰੀ 'ਚ ਹੈ ਜਾਂ ਨਹੀਂ ਹੈ। ਉਹ ਜਾ ਸਕਦਾ ਆਪਣੇ ਪਰਸਨਲ ਡਾਕਟਰ ਕੋਲ, ਉਹ ਜਾ ਸਕਦਾ ਆਪਣੇ ਸਪੈਸ਼ਲਿਸਟ ਕੋਲ, ਉਹ ਬਾਏ ਕਰ ਸਕਦਾ ਆਪਣੀ ਫਾਰਮੇਸੀ ਤੋਂ ਦਵਾਈ ਵਿਦ ਚਾਈਲਡ ਹੈਲਥ ਪਲੱਸ। ਔਰ ਸੈਕਿੰਡਲੀ ਮੇਰਾ ਇੱਕ ਐਕਸਪੀਰੀਅੰਸ ਹੈ ਕਿ ਬੱਚੇ ਮੇਰੇ ਕੋਲ ਜਦੋਂ ਆਉਂਦੇ ਨੇ, ਪੇਰੈਂਟਸ ਆਉਂਦੇ ਨੇ, ਉਹ ਇੰਨੇ ਕੁ ਜ਼ਿਆਦਾ ਉਹ ਫਲਸਟ੍ਰੇਟਿਡ ਹੋਏ ਹੁੰਦੇ ਆ, ਔਰ ਆ ਕੇ ਕਹਿੰਦੇ ਆ ਕਿ ਸਾਡੇ ਬੱਚਿਆਂ ਦੇ ਇੰਜੈਕਸ਼ਨ ਲੱਗਣੇ ਆ, ਜਿਹੜੇ ਸ਼ਾਰਟਸ ਨੇ ਉਹ ਅਸੀਂ ਸਕੂਲ 'ਚ ਜਾਂਦੇ ਹਾਂ, ਸਕੂਲ ਦੀ ਨਰਸ ਕਹਿੰਦੀ ਕਿ ਪਹਿਲਾਂ ਤੁਸੀਂ ਸ਼ਾਰਟ ਲਗਵਾ ਕੇ ਆਓ। ਵੈਸੇ ਤਾਂ ਕੁਛ ਕਮਿਊਨਿਟੀ ਸੈਂਟਰ ਇਹੋ ਜਿਹੇ ਹੈਗੇ ਨੇ ਕਿ ਉਹ ਫ੍ਰੀ ਬੱਚਿਆਂ ਨੂੰ ਸ਼ਾਰਟਸ ਦਿੰਦੇ ਨੇ, ਪਰ ਲੇਕਿਨ ਅਗਰ ਉਹ ਅੰਡਰ 18 ਹੈ ਤਾਂ ਉਹ ਇੰਸ਼ੋਰੈਂਸ ਦੇ ਵੀ ਹੱਕਦਾਰ ਹੈ, ਚਾਈਲਡ ਹੈਲਥ ਪਲੱਸ ਦੇ ਹੱਕਦਾਰ ਹੈ, ਉਹ ਆਪਣੇ ਪਰਸਨਲ ਡਾਕਟਰ ਕੋਲੋਂ ਵੀ ਸ਼ਾਰਟਸ ਲੈ ਸਕਦੇ ਹੈ। ਜਿਹੜਾ ਬੱਚਿਆਂ ਦਾ ਚਾਰਟ ਆਪਾਂ
ਮੇਨਟੇਨ ਕਰਕੇ ਰੱਖਦੇ ਆ ਜਿਹੜਾ ਫਲੂ ਸ਼ਾਟਸ ਮੇਨਟੇਨ ਕਰਨਾ ਪੈਂਦਾ ਆਪਾਂ ਨੂੰ ਯੈਲੋ ਕਾਰਡ ਮੇਨਟੇਨ ਕਰਨਾ ਪੈਂਦਾ ਉਸ ਯੈਲੋ ਕਾਰਡ ਦੇ ਤਹਿਤ ਮਤਲਬ ਸਾਡੇ ਕੋਲੇ ਅੰਡਰ 18 ਚ ਐਸੀ ਪ੍ਰੋਵੀਜ਼ਨਸ ਹੈਗੀਆਂ ਨੇ ਕਿ ਅਸੀਂ ਆਪਣਾ PCP ਰੱਖ ਸਕਦੇ ਆ ਤੇ ਅਸੀਂ ਉਸ ਡਾਕਟਰ ਕੋਲੇ ਜਾ ਕੇ ਕਰਵਾ ਸਕਦੇ ਆ ਦੈਟ ਇਜ਼ ਐਬਸੋਲੂਟਲੀ ਫ੍ਰੀ ਆਫ ਕਾਸਟ ਦੈਟ ਇਜ਼ ਇਟਸ ਅ ਜ਼ੀਰੋ ਪੇਮੈਂਟ ਤੇ ਇੱਕ ਗੱਲ ਤੁਸੀਂ ਹੁਣੀ ਗੱਲ ਕਰ ਰਹੇ ਸੀਗੇ ਕਿ ਜਦੋਂ ਦੋਸਤੋ ਜਿਹੜੀ ਗੱਲ ਇਹ ਨਵੀਂ ਨਿਕਲ ਕੇ ਆਈ ਕਿ ਜਿਹੜਾ ਵਿਜ਼ਟਰ ਵੀਜ਼ੇ ਤੇ ਵੀ ਹੈਗਾ ਹਨਾ ਤੇ ਉਹਦੇ ਲਈ ਵੀ ਹੈਲਥ ਸਿਸਟਮ ਦੇ ਵਿੱਚ ਪ੍ਰੋਵੀਜ਼ਨ ਹੈਗੀ ਹੈ ਕਿ ਉਹਨਾਂ ਨੂੰ ਵੀ ਜਿਹੜਾ ਮੈਡੀਕੇਟ ਹੈ ਜਾਂ ਜਿਹੜੀ ਹੈਲਥ ਇੰਸ਼ੋਰੈਂਸ ਆ ਉਹ ਫ੍ਰੀ ਆਫ ਕਾਸਟ 'ਤੇ ਮਿਲ ਜਾਂਦੀ ਹੈ ਪਰ ਹੁਣ ਸਾਨੂੰ ਡਰਨ ਦੀ ਲੋੜ ਨਹੀਂ ਰੀਜ਼ਨ ਕੀ ਹੈ ਕਿ ਤੁਹਾਡਾ ਇਮੀਗ੍ਰੇਸ਼ਨ ਸਟੇਟਸ ਕੀ ਹੈ ਤੁਸੀਂ ਡਾਕੂਮੈਂਟਿਡ ਹੋ ਜਾਂ ਅਨਡਾਕੂਮੈਂਟਿਡ ਹੋ ਇਸ ਗੱਲ ਦਾ ਕੰਸਰਨ ਨਹੀਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਨੂੰ ਹੈਲਥ ਇੰਸ਼ੋਰੈਂਸ ਮਿਲ ਸਕਦੀ ਹੈ ਪਰ ਤੁਹਾਨੂੰ ਇਸ ਗੱਲ ਦਾ ਵੀ ਪਤਾ ਹੋਣਾ ਚਾਹੀਦਾ ਉਹਦੇ ਨਾਲ ਕਿ ਜਾਣਾ ਕਿੱਥੇ ਹੈ ਲੈਣ ਵਾਸਤੇ ਪਹੁੰਚਣਾ ਕਿੱਥੇ ਹੈ ਅਪਰੋਚ ਕਿਹਨੂੰ ਕਰਨੀ ਹੈ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਰਜਨੀ ਜੀ ਦਾ 7187414836 ਤੁਸੀਂ ਰਜਨੀ ਜੀ ਨਾਲ ਬਾਅਦ 'ਚ ਰਾਬਤਾ ਵੀ ਕਰ ਸਕਦੇ ਹੋ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਇਹਨਾਂ ਕੋਲੇ ਅਲੱਗ ਅਲੱਗ ਲੋਕੇਸ਼ਨਸ ਨੇਗੀਆਂ ਕਈ ਜਗ੍ਹਾ 'ਤੇ ਬੈਠਦੇ ਨੇ ਇਹਨਾਂ ਨਾਲ ਪੁੱਛ ਸਕਦੇ ਹੋ ਪਰ ਹੁਣ ਆਪਾਂ ਜਿਹੜੀ ਰਜਨੀ ਜੀ ਨਾਲ ਗੱਲ ਕਰਨ ਲੱਗੇ ਹਾਂ ਕਿ ਵਿਜ਼ਟਰ ਵੀਜ਼ੇ ਦੇ ਉੱਤੇ ਸਪੋਜ਼ ਤੁਹਾਡੇ ਕੋਲੇ ਕੋਈ ਕਲਾਇੰਟ ਆ ਕੇ ਤੁਹਾਡੇ ਨਾਲ ਇੰਸ਼ੋਰੈਂਸ ਅਪਲਾਈ ਕਰਦੇ ਨੇ ਅਤੇ ਜਦੋਂ ਉਹ ਇੰਸ਼ੋਰੈਂਸ ਅਪਲਾਈ ਕਰਦੇ ਨੇ ਐਜ਼ ਏ ਹੈਲਥ ਇੰਸ਼ੋਰੈਂਸ ਤੁਸੀਂ ਜਿਹੜੀ ਵੀ ਕੰਪਨੀ 'ਚ ਕੰਮ ਕਰਦੇ ਹੋ ਉਦੋਂ ਕੀ ਹੈ ਵੀ ਕਿੰਨੇ ਦਿਨਾਂ ਤੋਂ ਬਾਅਦ ਉਹ ਇੰਸ਼ੋਰੈਂਸ ਇਫੈਕਟ ਹੁੰਦੀ ਹੈ ਮਹੀਨੇ ਬਾਅਦ ਹੁੰਦੀ ਹੈ 15 ਦਿਨਾਂ ਬਾਅਦ ਹੁੰਦੀ ਹੈ ਜਾਂ ਕਿੰਨਾ ਟਾਈਮ ਲੱਗ ਜਾਂਦਾ ਤਾਂ ਕਿ ਜਦੋਂ ਡਾਕਟਰ ਕੋਲ ਜਾਣਾ ਉਹਨਾਂ ਨੇ ਦਿਖਾਉਣ ਵਾਸਤੇ ਕੋਈ ਪ੍ਰੀ ਐਗਜ਼ਿਸਟਿੰਗ ਕੰਡੀਸ਼ਨ ਹੋਣੀ ਜਾਂ ਨਾ ਹੋਣੀ ਕਿੱਦਾਂ ਕੰਮ ਕਰਦੀ ਹੈ ਇੰਸ਼ੋਰੈਂਸ ਜਿਹੜੀ ਇੰਸ਼ੋਰੈਂਸ ਆ ਅੱਜ ਕੱਲ੍ਹ ਸਾਰਾ ਕੁਝ ਜਿਹੜਾ ਹੈ ਉਹ ਅੱਜ ਕੱਲ੍ਹ ਆਨਲਾਈਨ 'ਤੇ ਆ ਵਿਦਇਨ 24 to 48 ਆਵਰ ਦੇ ਵਿੱਚ ਸਿਸਟਮ ਦੇ ਵਿੱਚ ਉਹ ਐਕਟੀਵੇਟ ਹੋ ਜਾਂਦੀ ਹੈ ਤੁਹਾਨੂੰ 2 ਜਾਂ 3 ਦਿਨ ਦੇ ਵਿੱਚ ਵਿੱਚ ਕਾਰਡ ਮਿਲ ਜਾਂਦਾ ਤੁਸੀਂ ਡਾਕਟਰ ਕੋਲ ਜਾ ਸਕਦੇ ਜੇ ਤਾਂ ਤੁਹਾਡੇ ਕੋਲ EPP ਪਲਾਨ ਆ EPP ਪਲਾਨ ਹਮੇਸ਼ਾ ਬੈਕਡੇਟਿਡ ਹੈ ਸਪੋਜ਼ ਕਰੋ ਅਸੀਂ ਅੱਜ ਉਹਦੀ ਐਪਲੀਕੇਸ਼ਨ ਕੀਤੀ ਹੈ ਅਤੇ ਉਹ ਬੈਕਡੇਟਿਡ 11-1 ਤੋਂ ਇਫੈਕਟਿਵ ਹੋਏਗਾ ਜੇ ਉਹ ਮੈਡੀਕੇਟ ਹੈ ਮੈਡੀਕੇਟ ਆਲਸੋ ਵਿਲ ਇਫੈਕਟ ਔਨ 11-1 ਪਰ ਲੇਕਿਨ ਉਹਦਾ ਜਿਹੜਾ ਪਲਾਨ ਆ ਉਹ ਫਰਦਰ ਮੰਥ ਦੇ ਵਿੱਚ ਸਟਾਰਟ ਹੋਏਗਾ January 1st ਓਕੇ ਇਟ ਮੀਨਸ ਕਿ ਜਿਹੜਾ ਤੁਹਾਡਾ ਕਾਰਡ ਹੈ ਉਹ 24 ਘੰਟਿਆਂ ਦੇ 48 ਘੰਟਿਆਂ ਦੇ ਵਿੱਚ ਵਿੱਚ ਤੁਹਾਡੇ ਕੋਲ ਆ ਜਾਏਗਾ ਅਤੇ ਨਾਲ ਹੀ ਤੁਹਾਡੀ ਕਵਰੇਜ ਹੈ ਜਿਹੜੀ ਸ਼ੁਰੂ ਹੋ ਜਾਏਗੀ ਮਤਲਬ ਤੁਸੀਂ ਉਸ ਤੋਂ ਬਾਅਦ ਡਾਕਟਰ ਕੋਲ ਜਾ ਸਕਦੇ ਹੋ ਉਸ ਕਾਰਡ ਨੂੰ ਦਿਖਾ ਕੇ ਡਾਕਟਰ ਨਾਲ ਗੱਲ ਕਰਕੇ ਤੁਸੀਂ ਆਪਣਾ ਸਾਰਾ ਆਪਣਾ ਹੈਲਥ ਚੈੱਕਅਪ ਕਰਾ ਸਕਦੇ ਹੋ ਤਾਂ ਕਿ ਇੱਕ ਚੀਜ਼ ਹੋਰ ਰਜਨੀ ਜੀ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦੇ ਹਾਂ ਜਦੋਂ ਕੋਈ ਆਪਾਂ ਇੰਡੀਆ ਤੋਂ ਟਰੈਵਲ ਕਰਦੇ ਹਾਂ ਜਾਂ ਆਪਾਂ ਕਿਸੇ ਹੋਰ ਕੰਟਰੀ ਤੋਂ ਟਰੈਵਲ ਕਰਦੇ ਹਾਂ US ਦੇ ਵਿੱਚ ਆਉਣ ਦੇ ਨਾਲ ਕੀ ਹੁੰਦਾ ਕਿ ਅਸੀਂ ਉੱਥੋਂ ਵਿਜ਼ਟਰ ਇੰਸ਼ੋਰੈਂਸ ਬਾਏ ਕਰਕੇ ਚੱਲਦੇ ਹਾਂ ਰਾਈਟ ਅਤੇ ਫਿਰ ਉਸ ਵਿਜ਼ਟਰ ਇੰਸ਼ੋਰੈਂਸ ਨੂੰ ਬਾਏ ਕਰਨ ਦੀ ਤਾਂ ਜ਼ਰੂਰਤ ਹੀ ਨਹੀਂ ਜਾਂ ਜ਼ਰੂਰਤ ਹੈ ਨਹੀਂ ਉਹਨੂੰ ਉਹਨਾਂ ਨੂੰ ਬਾਏ ਕਰਨ ਦੀ ਜ਼ਰੂਰਤ ਹੈ ਜਿਹੜੇ ਵਿਜ਼ਟਰ B1 ਵੀਜ਼ੇ 'ਤੇ ਆਉਂਦੇ ਨੇ ਜਿਹੜੇ ਵਿਜ਼ਟਰ ਐਜ਼ ਏ ਪਲੈਜ਼ਰ ਉਹਨਾਂ ਨੇ ਵਾਪਸ ਜਾਣਾ ਉਹਨਾਂ ਨੂੰ ਵਿਜ਼ਟਰ ਕਵਰੇਜ ਲੈਣੀ ਪੈਣੀ ਹੈ ਪਰ ਤੁਸੀਂ ਇੱਕ ਪਾਸੇ ਤਾਂ ਕਹਿ ਰਹੇ ਹੋ ਕਿ ਜਿਹੜੇ ਵਿਜ਼ਟਰ 'ਤੇ ਆ ਗਏ ਨੇ ਉਹ ਹੈਲਥ ਇੰਸ਼ੋਰੈਂਸ ਅਪਲਾਈ ਕਰਕੇ ਲੈ ਸਕਦੇ ਨੇ ਨਹੀਂ ਨਹੀਂ ਹੈਲਥ ਇੰਸ਼ੋਰੈਂਸ ਵਿਜ਼ਟਰ ਨਹੀਂ ਲੈ ਸਕਦਾ ਲੇਕਿਨ ਜਿਹੜੇ ਅੰਡਰੇਜ ਬੱਚੇ ਨੇ ਮੈਂ ਚਾਈਲਡ ਹੈਲਥ ਪਲੱਸ ਦੀ ਗੱਲ ਕੀਤੀ ਹੈ ਚਾਈਲਡ ਹੈਲਥ ਪਲੱਸ ਕਿਉਂਕਿ ਸਮਟਾਈਮ ਕਈ ਵਿਜ਼ਟਰ ਆਉਂਦੇ ਨੇ ਉਹ ਕਹਿੰਦੇ ਕਿ ਅਸੀਂ ਹੁਣ ਵਾਪਸ ਨਹੀਂ ਜਾਣਾ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਮੈਂ ਉਹਨਾਂ ਦੀ ਗੱਲ ਕੀਤੀ ਜਾਂ ਕੋਈ ਪੋਲੀਟੀਕਲ ਅਸਾਈਲਮ ਦੇ ਕੇਸ ਨੇ ਤੇ ਉਹ ਉਰੇ ਹੀ ਇੱਥੇ ਹੀ ਰਹਿ ਕੇ ਆਪਣੀ ਇੰਸ਼ੋਰੈਂਸ ਅਪਲਾਈ ਕਰ ਸਕਦੇ ਨੇ ਤੇ ਆਪਣੀ ਇੰਸ਼ੋਰੈਂਸ ਅਪਲਾਈ ਕਰਕੇ ਹੈਲਥ ਇੰਸ਼ੋਰੈਂਸ ਦਾ ਫਾਇਦਾ ਲੈ ਸਕਦੇ ਆ ਅੱਛਾ ਇੱਕ ਚੀਜ਼ ਹੋਰ ਸਾਡੇ ਨਾਲ ਸ਼ੇਅਰ ਕਰੋ ਕਿਉਂਕਿ ਤੁਸੀਂ ਤਾਂ ਇਸ ਇੰਡਸਟਰੀ 'ਚ ਹੈਗੇ ਹੋ ਕਿ ਜਿਹੜੇ ਬੰਦੇ ਪੈਸੇ ਕਮਾਉਣ ਲੱਗ ਜਾਂਦੇ ਨੇ ਇਹ ਤਾਂ ਹੋਈ ਮੈਡੀਕੇਟ ਦੀ ਗੱਲ ਜਿਹੜੇ ਬਿਲਕੁਲ ਨਹੀਂ ਕਮਾਉਂਦੇ ਜਾਂ ਥੋੜ੍ਹੇ ਬਹੁਤ ਕਮਾਉਂਦੇ ਨੇ ਜਿਹੜੇ ਬੰਦੇ ਪੈਸੇ ਕਮਾਉਣ ਲੱਗ ਜਾਂਦੇ ਨੇ ਜਿਹੜੇ ਜਿਨ੍ਹਾਂ ਦੀ ਇਨਕਮ 20 ਤੋਂ 40 ਹਜ਼ਾਰ ਜਾਂ 50 ਹਜ਼ਾਰ ਦੇ ਰੇਂਜ 'ਚ ਆ ਜਾਂਦੀ ਹੈ ਉਹਨਾਂ ਲਈ ਵੀ ਹੈਲਥ ਇੰਸ਼ੋਰੈਂਸ ਅਵੇਲੇਬਲ ਹੈ ਅਤੇ ਉਹ ਕਿੱਦਾਂ ਲੈ ਸਕਦੇ ਨੇ ਸਭ ਤੋਂ ਪਹਿਲਾਂ ਜਦੋਂ ਤੁਸੀਂ ਕੁਐਸਚਨ ਕੀਤਾ ਸੀ ਕਿ ਉਹ ਕਿਹੜੇ ਕਿਹੜੇ ਬੰਦੇ ਲੈ ਸਕਦੇ ਮੈਂ ਤੁਹਾਨੂੰ ਦੱਸਿਆ ਸੀ ਇਹ ਡਿਪੈਂਡ ਕਰਦਾ ਤੁਹਾਡੀ ਫੈਮਿਲੀ ਸਾਈਜ਼ 'ਤੇ ਤੁਹਾਡੀ ਫੈਮਿਲੀ ਦੀ ਇਨਕਮ 'ਤੇ ਕੁਛ ਨਾ ਮੈਡੀਕੇਟ ਦੇ ਬੈਰੀਅਰਸ ਲਾਈਨ ਨੇ ਇਨਕਮ ਗਾਈਡਲਾਈਨ ਨੇ ਇਨਕਮ ਗਾਈਡਲਾਈਨ ਜੇ ਇੱਕ ਬੰਦਾ ਤਾਂ ਉਹਦਾ ਇਨਕਮ ਗਾਈਡਲਾਈਨ ਡਿਫਰੈਂਟ ਹੈ ਜੇ 2 ਬੰਦੇ ਨੇ ਉਹਦਾ ਇਨਕਮ ਗਾਈਡਲਾਈਨ ਡਿਫਰੈਂਟ ਹੈ 3 ਹੈ ਉਹ ਥੋੜਾ ਹਾਈ ਲੈਵਲ ਆ 4 ਹੈ ਉਹਦਾ ਹੋਰ ਹਾਈ US ਪਾਵਰਟੀ ਲਾਈਨ ਦੀ ਗੱਲ ਕਰ ਰਹੇ ਹਾਂ ਬੇਸਿਕਲ ਤੁਸੀਂ ਜਦੋਂ ਪਾਵਰਟੀ ਲਾਈਨ ਤੋਂ ਉੱਪਰ ਇਨਕਮ ਹੈ ਸੁਪੋਜ਼ ਤਾਂ ਉਹਦੇ ਲਈ ਹੈਲਥ ਇੰਸ਼ੋਰੈਂਸ ਕਿੱਦਾਂ ਕੰਮ ਕਰਦੀ ਹੈ ਉਹਦੇ ਵਿੱਚ ਜਿਸ ਤਰ੍ਹਾਂ ਪਹਿਲਾਂ ਤਾਂ ਸਟੇਟ ਲੈਵਲ ਤੇ ਇੱਕ ਜਿਹੜਾ ਆਪਣਾ ਮੈਡੀਕੇਟ ਦਾ ਉਹਦਾ ਬਿਲਕੁਲ 138% ਹੈਗੇ ਪਾਵਰਟੀ ਲਾਈਨ ਮੈਕਸ ਜਿਹੜਾ ਅਸੈਂਸ਼ੀਅਲ ਪਲਾਨ ਹੁਣ ਆਇਆ ਜਿਹੜਾ ਫੀਲਡ 'ਚ ਜਿਹੜਾ ਪਹਿਲਾਂ ਨਹੀਂ ਸੀ ਉਹਦੇ ਵਿੱਚ ਤੁਸੀਂ 200% ਪਾਵਰਟੀ ਲਾਈਨ ਤੱਕ ਜਾ ਸਕਦੇ ਹੋ ਔਰ ਉਹ $20 ਪਰ ਮੰਥ ਮੈਡੀਕਲ ਇੰਸ਼ੋਰੈਂਸ ਤੁਹਾਨੂੰ ਮਿਲ ਸਕਦੀ ਆ ਜਿਹਦੇ ਵਿੱਚ ਛੋਟੀ ਜਿਹੀ ਕੋਪੇਮੈਂਟ ਹੁੰਦੀ ਆ $15 ਦੀ ਜਿਹੜੀ ਫਾਰਮੈਸੀ ਦੀ ਕੋਪੇਮੈਂਟ ਹੈਗੀ ਆ ਉਹ ਕੋਈ ਹਾਰਡਲੀ ਡਿਪੈਂਡ ਔਨ ਜਨੇਰਿਕ ਐਂਡ ਬ੍ਰੈਂਡ $5 $10 ਇੰਨੀ ਕੁ ਹੁੰਦੀ ਆ
ਉਹ ਐਸੈਂਸ਼ੀਅਲ ਪਲਾਨ ਉਹਨੂੰ ਕਰਦਾ, ਉਹਦੇ ਵਿੱਚ ਵੀ ਲੈਵਲ ਨੇ, ਉਹਦੇ ਵਿੱਚ ਕੁਝ 1, 2, 3, 4 ਤੇ 4 ਲੈਵਲ ਨੇ। ਫਸਟ ਲੈਵਲ ਦੇ ਵਿੱਚ ਮੈਡੀਕਲ ਫਰੀ, ਡੈਂਟਲ ਐਂਡ ਵਿਜ਼ਨ ਉਹਦਾ ਤੁਹਾਨੂੰ ਪੇ ਕਰਨਾ ਪਏਗਾ ਪ੍ਰੀਮੀਅਮ, ਉਹ ਡਿਪੈਂਡ ਔਨ ਕਿ ਕਿਹੜੀ ਕਵਰੇਜ ਤੁਸੀਂ ਲੈਂਦੇ ਹੋ। ਸਮ ਟਾਈਮ $11 ਹੀ ਹੈ ਸਿਰਫ ਉਹਦੀ, ਸਮ ਟਾਈਮ 24.70 ਆ, ਬਟ ਨੈਕਸਟ ਈਅਰ 'ਚ, ਕਮਿੰਗ ਨੈਕਸਟ ਈਅਰ ਦੇ ਵਿੱਚ ਡੈਂਟਲ ਐਂਡ ਵਿਜ਼ਨ ਜਿਹੜੀ ਹੈਗੀ ਆ ਉਹ $20.07 ਆ, ਉਹਨਾਂ ਨੇ ਡੀਕਰੀਜ਼ ਕਰ ਦਿੱਤੀ ਹੈ। ਇਹ ਅਸੈਂਸ਼ੀਅਲ ਪਲਾਨ ਹੈ, ਇਹ ਫੈਡਰਲ ਦੇ ਅੰਡਰ ਹੈ, ਜਿਹੜਾ ਸਟੇਟ ਦਾ ਪ੍ਰੋਗਰਾਮ ਆ ਉਹ ਮੈਡੀਕੇਟ ਹੈ। ਥੈਂਕ ਯੂ ਰਜਨੀ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ, ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ ਬਹੁਤ ਸਹਿਯੋਗ ਦਾ ਧੰਨਵਾਦ। ਅਤੇ ਅਸੀਂ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜਾ ਇਹ ਪ੍ਰੋਗਰਾਮ ਅਸੀਂ ਚਲਾ ਰਹੇ ਹਾਂ ਨੋ ਯੋਰ ਰਾਈਟਸ, ਇਸ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਨੂੰ ਇੰਪਾਵਰ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਡੀ ਕੋਸ਼ਿਸ਼ ਹੈ ਕਿ ਅਸੀਂ ਤੁਹਾਡੇ ਨਾਲ ਜੁੜ ਕੇ ਤੁਹਾਨੂੰ ਅਸੀਂ ਆਪਣੇ ਨਾਲ ਜੋੜ ਕੇ ਜਸ ਪੰਜਾਬੀ ਦੇ ਤਹਿਤ, ਅਤੇ ਸਾਡਾ ਇੱਕ ਅਨਦਰ ਚੈਨਲ ਹੈ ਜਸ ਹਿੰਦੀ, ਉਹਦੇ ਉਸ ਪ੍ਰੋਗਰਾਮ ਦੇ ਉੱਤੇ ਵੀ ਅਸੀਂ ਇਹੀ ਡਿਸਕਸ ਕਰਦੇ ਹਾਂ। ਡਿਫਰੈਂਟ ਡਿਫਰੈਂਟ ਟੋਪਿਕ ਤੁਹਾਡੇ ਲਈ ਲੈ ਕੇ ਆਈਦੇ ਨੇ, ਡਿਫਰੈਂਟ ਡਿਫਰੈਂਟ ਚੀਜ਼ਾਂ ਡਿਸਕਸ ਕਰੀਦੀਆਂ ਨੇ। ਸਾਡੇ ਨਾਲ ਜੁੜੋ ਤਾਂ ਕਿ ਮੋਰ ਐਂਡ ਮੋਰ ਅਸੀਂ ਇਸ ਚੈਨਲ ਨੂੰ ਤੁਹਾਨੂੰ ਤੁਹਾਡੇ ਨਾਲ ਅਸੀਂ ਜੁੜ ਕੇ ਕੰਮ ਕਰ ਸਕੀਏ। ਥੈਂਕ ਯੂ, ਧੰਨਵਾਦ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।